अज जिहड़ी कांग्रेस नंगी हो गई, सांसद ये कह रहे हैं कि असी लाशां बिछा देंगे। किसानां दी आड़ दे विच इस अंदोलन नूं किसे होर रुख च अपनाया जा रहा, और दंगा करन दे विच कम्युनिस्ट भी कांग्रेस दे नाल बराबर दे खड़े ने। सानू कुट्टण तों बाद उहनां दी मन दी इच्छा पूरी हुंदी है, जे उहनां दे मनां नूं शांति मिलदी है ते असी कुट्ट खाण नूं भी तैयार हाँ। ਸਾਥੀਓ, ਇੱਕ ਬੜੇ ਦੁਖਾਂਤ ਨਾਲ ਤੁਹਾਡੇ ਨਾਲ ਬੈਠੇ ਹਾਂ ਕਿ ਤੁਸੀਂ ਦੇਖਿਆ ਕਿ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਜੀ ਦੀ 25 ਦਸੰਬਰ ਨੂੰ ਜਿਹੜੀ ਆ ਜਯੰਤੀ ਸੀ, ਔਰ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਵੀ ਉਹਨਾਂ ਦੇ ਜੀਵਨ ਨੂੰ ਸੁਸ਼ਾਸਨ ਦਿਵਸ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ, ਔਰ ਐਸੇ ਮਹਾਨ ਪੁਰਸ਼ ਜਿਨ੍ਹਾਂ ਨੇ ਬਹੁਤ ਸਾਰੇ ਸੰਗਠਨਾਂ ਨੂੰ ਮਿਲਾ ਕੇ ਕੰਮ ਕੀਤਾ ਸੀ, ਜਿਹਨੂੰ ਕੱਲਾ ਸਾਡਾ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੜੇ ਸਨਮਾਨ ਨਾਲ ਦੇਖਿਆ ਜਾ ਰਿਹਾ। ਔਰ ਪਰਸੋਂ ਜਦੋਂ 25 ਦਸੰਬਰ ਨੂੰ ਉਹਨਾਂ ਦੇ ਕਾਰਜਕ੍ਰਮ ਕੀਤੇ ਜਾ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਉੱਥੇ ਦੰਗਾ ਜਿਹੜਾ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ, ਦੰਗੇ ਕੀਤੇ, ਉਹਦੇ 'ਚ ਦੰਗਾਈਆਂ ਦੇ ਵਿੱਚ ਸ਼ਾਮਿਲ ਹੋਏ, ਔਰ ਜਿਹਦੀ ਨਿਖੇਧੀ ਜਿਹੜੀ ਕਿਸਾਨ ਯੂਨੀਅਨ ਨੇ ਵੀ ਕੀਤੀ, ਔਰ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਵੀ ਕਿਸਾਨ ਯੂਨੀਅਨ ਦਾ ਵਿਅਕਤੀ ਐਸਾ ਨਹੀਂ ਕਰਦਾ। ਔਰ ਅਸੀਂ ਵੀ ਵਾਰ ਵਾਰ ਕਹਿੰਦੇ ਆ ਰਹੇ ਹਾਂ ਕਿ ਕਿਸਾਨਾਂ ਦੀ ਆੜ ਦੇ ਵਿੱਚ ਅੱਜ ਉਹ ਗੱਲ ਜਿਹੜੀ ਅਸੀਂ ਪਿਛਲੇ 2 ਮਹੀਨੇ ਤੋਂ ਕਹਿੰਦੇ ਆ ਰਹੇ, ਅੱਜ ਉਹ ਕਿਸਾਨ ਯੂਨੀਅਨ ਨੇ ਵੀ ਮੰਨਿਆ ਕਿ ਸਾਡਾ ਨਾਂ ਲੈ ਕੇ ਆਏ, ਅਸੀਂ ਨਹੀਂ ਆਏ, ਭਾਵ ਦੰਗੇ ਹੋਏ। ਔਰ ਇਹਨਾਂ ਦੰਗਿਆਂ ਦੇ ਵਿੱਚ ਜਿਹੜੇ ਜਿੱਥੇ ਉਹਨਾਂ ਦੇ ਤੋੜ ਭੰਨ ਕੀਤੀ, ਦੰਗਾ ਸ਼ਬਦ ਇਹਦੇ ਲਈ ਉਚਿਤ ਨਹੀਂ ਕਿਉਂਕਿ ਦੰਗਾ ਹੁੰਦਾ ਦੋਨਾਂ ਤਰਫਾਂ ਤੋਂ, ਇਹ ਇੱਕ ਤਰਫ ਤੋਂ ਕੀਤੇ ਅਤੇ ਗੁੰਡਾਗਰਦੀ ਕੀਤੀ ਗਈ, ਔਰ ਗੁੰਡਾਗਰਦੀ ਵੀ ਜਿਹੜੀ ਆ ਉਹ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਪਈ। ਪੁਲਿਸ ਚਾਹੁੰਦੀ ਅਤੇ ਉਹਨਾਂ ਨੂੰ ਰੋਕ ਸਕਦੀ ਸੀ, ਪਰ ਕਿਉਂਕਿ ਸਰਕਾਰ ਹੀ ਇਹ ਦੰਗੇ ਕਰਾ ਰਹੀ ਆ, ਗੁੰਡਾਗਰਦੀ ਕਰ ਰਹੀ ਹੈ, ਔਰ ਉਹਦੀਆਂ ਬਹੁਤ ਸਾਰੀਆਂ ਇਗਜ਼ਾਮਪਲਾਂ ਤੁਸੀਂ ਦੇਖੀਆਂ ਵੀ ਹੈ। ਔਰ ਕੱਲ੍ਹ ਜਿਹੜਾ ਸਟ੍ਰਿੰਗ ਜਿਹੜਾ ਟਾਈਮਸ ਨਾਲ ਮੰਨ ਲਓ ਇੱਕ ਮੀਡੀਆ ਦੇ ਉੱਤੇ ਚੱਲਿਆ, ਔਰ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਕਾਂਗਰਸ ਦੇ ਲੋਕਾਂ ਨੇ ਇਸ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੋਆ, ਔਰ ਉਹਦੇ 'ਚ ਦਾਖਲ ਹੋਏ ਆ, ਔਰ ਉਹ ਇਸ ਦੰਗੇ ਨੂੰ ਭੜਕਾ ਕੇ ਕਿਸ ਤਰੀਕੇ ਨਾਲ ਕਰ ਰਹੇ। ਉਹ ਖੁਦ ਕਹਿ ਰਹੇ ਕਿ ਅਸੀਂ ਜਿਹੜੇ ਟਾਵਰਾਂ ਦੇ ਉੱਤੇ ਬੈਠੇ ਸਾਡੇ ਬੰਦੇ ਬੈਠੇ, ਜਿੱਥੇ ਅਸੀਂ ਜਾ ਰਹੇ ਪੰਜਾਬ ਪੁਲਿਸ ਇਸ ਕਰਕੇ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਅਸੀਂ ਨਹੀਂ ਕਰਾ ਰਹੇ। ਇਹ ਔਨ ਟੀਵੀ ਦੇ ਉੱਤੇ ਮੀਡੀਆ ਦੇ ਵਿੱਚ ਜਿਹੜਾ ਸਾਰਿਆਂ ਨੇ ਦੇਖ ਲਿਆ। ਸੋ ਅੱਜ ਜਿਹੜੀ ਕਾਂਗਰਸ ਨੰਗੀ ਹੋ ਗਈ ਹੈ ਕਿਉਂਕਿ ਉਹਨਾਂ ਦੇ MLA ਜਿਹੜੇ ਤੁਹਾਡੇ ਗੁਰਕੀਰਤ ਸਿੰਘ ਜੀ ਕੋਟਲੀ ਜਿਹੜੇ ਖੰਨੇ ਤੋਂ MLA ਨੇ ਸ਼ਾਇਦ, ਔਰ ਦੂਸਰੇ ਜਿਹੜੇ ਉਹਨਾਂ ਦੇ ਬਰਜਿੰਦਰ ਢਿੱਲੋਂ, ਦੋ ਵਿਅਕਤੀਆਂ ਦਾ ਜਿਹੜਾ ਸਟ੍ਰਿੰਗ ਆਪਰੇਸ਼ਨ TV 'ਤੇ ਵੀ ਚੱਲਿਆ, ਉਹਦੇ 'ਚ ਦੱਸਦਾ ਆ ਕਿ ਵੀ ਕਿਸਾਨ ਦੀ ਆੜ ਦੇ ਵਿੱਚ ਕਿਸ ਤਰੀਕੇ ਨਾਲ ਦੰਗੇ ਹੋ ਰਹੇ, ਜਿਹੜੀ ਅਸੀਂ ਵਾਰ ਵਾਰ ਕਹਿ ਰਹੇ ਸੀ। ਔਰ ਲੋਕਲ ਮੀਡੀਆ ਸਾਨੂੰ ਜਦੋਂ ਵੀ ਅਸੀਂ ਕਹਿ ਰਹੇ ਸੀ, ਨਹੀਂ ਜੀ ਤੁਸੀਂ ਕਾਂਗਰਸ ਕਿਸਾਨਾਂ ਨੂੰ ਦੰਗਾ ਹੀ ਕਹਿ ਰਹੇ ਸੀ, ਔਰ ਅਸੀਂ ਵਾਰ ਵਾਰ ਕਹਿ ਰਹੇ ਸੀ ਕਿਸਾਨ ਐਸਾ ਨਹੀਂ ਕਰ ਰਹੇ। ਕਿਸਾਨਾਂ ਦੇ ਉੱਥੇ ਅੰਦੋਲਨ ਦੇ ਉੱਤੇ ਉਹਨਾਂ ਦੇ ਆਪਣੀ ਸਟੇਜ ਤੋਂ ਵੀ ਕਿਹਾ ਜਾਂਦਾ ਕਿ ਕੋਈ ਵੀ ਵਿਅਕਤੀ ਇੱਧਰ ਉੱਧਰ ਦੀ ਗੱਲ ਨਾ ਕਰੇ, ਸਿਰਫ ਕਿਸਾਨੀ ਦੀ ਗੱਲ ਕਰੇ। ਪਰ ਇੱਥੇ ਉਹਨਾਂ ਦੀ ਆੜ ਦੇ ਵਿੱਚ ਕੋਈ ਅੱਤਵਾਦ ਨੂੰ ਬੜਾਵਾ ਦੇ ਰਿਹਾ, ਕੋਈ ਕੁਛ ਦੇ ਰਿਹਾ, ਔਰ ਈਵਨ ਦੈਨ ਕਾਂਗਰਸ ਦੇ ਸਾਂਸਦ ਇਹ ਕਹਿ ਰਹੇ ਆ ਕਿ ਅਸੀਂ ਲਾਸ਼ਾਂ ਵਿਛਾ ਦੇਵਾਂਗੇ। ਭਾਵ ਕਿਸ ਪਾਸੇ ਨੂੰ ਇਸ ਦੇਸ਼ ਨੂੰ ਲੈ ਕੇ ਜਾਣਾ ਚਾਹੁੰਦੇ ਹੋ, ਔਰ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਕੇ ਜਿਹੜਾ ਕਾਂਗਰਸ ਕਰਨਾ ਚਾਹੁੰਦੀ ਹੈ, ਇਹਦੀ ਅਸੀਂ ਨਿੰਦਾ ਹੀ ਨਹੀਂ ਕਰਦੇ, ਔਰ ਦੇਸ਼ ਵਾਸੀਆਂ ਦੇ ਮੋਹਰੇ, ਪ੍ਰਦੇਸ਼ ਦੇ ਸੂਬੇ ਦੇ ਸਾਰੇ ਲੋਕਾਂ ਅੱਗੇ ਅਸੀਂ ਇਹ ਉਹਨਾਂ ਦਾ ਚਿਹਰਾ ਨੰਗਾ ਵੀ ਕਰਨਾ ਚਾਹੁੰਦੇ ਹਾਂ, ਔਰ ਉਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਸ਼ੈਤਾਨਾਂ ਤੋਂ ਬਚਿਆ ਜਾਣਾ ਚਾਹੀਦਾ। ਜਿਹੜੇ ਆਪਣੀ ਸਰਕਾਰ ਦੇ ਵਿੱਚ ਹਮੇਸ਼ਾ ਸਰਕਾਰ ਇਹ ਚਾਹੁੰਦੀ ਹੈ ਕਿ ਸਾਡੇ ਜਿਹੜੇ ਸਰਕਾਰ ਦੇ ਦੌਰਾਨ ਕੋਈ ਦੰਗਾ ਫਸਾਦ ਨਾ ਹੋਵੇ, ਇਹ ਪਹਿਲੀ ਐਸੀ ਘਟੀਆ ਸਰਕਾਰ ਹੈ ਜਿਹਦੇ MLA MP ਔਰ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ, ਔਰ ਉਹ ਕਹਿ ਰਹੇ ਕਿ ਸਾਡੇ ਸਾਰੇ MLAs ਨੂੰ ਇਹ ਹੁਕਮ ਹੋਇਆ ਕੈਪਟਨ ਵੱਲੋਂ ਕਿ ਤੁਸੀਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਉਹ 'ਚ ਸ਼ਾਮਿਲ ਹੋਣਾ। ਭਾਵ ਕਿਸਾਨਾਂ ਦੀ ਆੜ ਦੇ ਵਿੱਚ ਇਸ ਅੰਦੋਲਨ ਨੂੰ ਕਿਸੇ ਹੋਰ ਰੁੱਖ 'ਚ ਅਪਣਾਇਆ ਜਾ ਰਿਹਾ, ਔਰ ਇਸ ਕਰਕੇ ਮੈਂ ਵਾਰ ਵਾਰ ਅਪੀਲ ਕਰਦਾ ਕਿਸਾਨ ਭਰਾਵਾਂ ਨੂੰ ਕਿ ਤੁਹਾਡੇ ਮੋਢੇ ਦੇ ਉੱਤੇ ਰੱਖ ਕੇ ਬਹੁਤ ਸਾਰੇ ਗਲਤ ਅਨਸਰ ਵੀ
ਤੁਹਾਡੇ ਵਿੱਚ ਸ਼ਾਮਲ ਹੋ ਚੁੱਕੇ ਆ ਜਿਹੜੇ ਦੇਸ਼ ਨੂੰ ਤੋੜਨ ਦੀ ਵੀ ਗੱਲ ਕਰਦੇ ਆ ਔਰ ਉਹਦੇ 'ਚ ਸਭ ਤੋਂ ਵੱਡੀ ਭੂਮਿਕਾ ਕਾਂਗਰਸ ਦੀ ਵੀ ਹੈ, ਅਕਾਲੀ ਦਲ ਦੀ ਵੀ ਹੈ, ਆਮ ਆਦਮੀ ਪਾਰਟੀ ਦੀ ਵੀ ਹੈ ਔਰ ਦੰਗਾ ਕਰਨ ਦੇ ਵਿੱਚ ਕਮਿਊਨਿਸਟ ਵੀ ਕਾਂਗਰਸ ਦੇ ਨਾਲ ਬਰਾਬਰ 'ਤੇ ਖੜ੍ਹੇ ਨੇ। ਇਸ ਕਰਕੇ ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ ਔਰ ਅਸੀਂ ਇਹ ਵਾਰਨਿੰਗ ਵੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਦੇਰ ਸਾਡੀ ਇਸ ਸ਼ਰਾਫਤ ਨੂੰ ਅਸੀਂ ਚੁੱਪ ਕਰਕੇ ਵੀ ਦੇਖ ਲਿਆ। ਕਿਸਾਨ ਵੀਰਾਂ ਦੇ ਨਾਲ ਅਸੀਂ ਪੂਰੀ ਤਰ੍ਹਾਂ ਖੜ੍ਹੇ ਹਾਂ, ਕਿਸਾਨ ਵੀਰ ਸਾਡੇ ਅੰਨਦਾਤਾ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਹਰੇਕ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ, ਆਪਣੀ ਗੱਲ ਕਰਨ ਦਾ ਅਧਿਕਾਰ ਹੈ, ਲੋਕਤੰਤਰ ਦੀਆਂ ਮਰਿਆਦਾ ਵਿੱਚ ਰਹਿ ਕੇ ਕਰਨ ਦਾ ਤਿਆਰ ਹੈ। ਪਰ ਬਹੁਤ ਸਾਰਾ ਜਿਹੜਾ ਉਹ ਸ਼ਰਾਫਤ 'ਚ ਅਸੀਂ ਨਿਕਾਲਿਆ, ਜੇ ਹੁਣ ਕਿਤੇ ਗੁੰਡਾ ਗਰਦੀ ਆਈ ਤਾਂ ਅਸੀਂ ਉਹਦਾ ਵਿਰੋਧ ਵੀ ਕਰਦੇ ਹਾਂ ਕਿ ਜੇ ਕਿਸੇ ਨੂੰ ਸਾਨੂੰ ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਹੋਇਆ, ਮੁਕੇਰੀਆਂ 'ਚ ਹੋਇਆ, ਜਲੰਧਰ ਹੋਇਆ, ਹੁਸ਼ਿਆਰਪੁਰ ਹੋਇਆ, ਫਗਵਾੜੇ ਹੋਇਆ, ਜਿਸ ਤਰ੍ਹਾਂ ਦੀ ਬਹੁਤ ਸਾਰੀਆਂ ਐਗਜ਼ਾਮਪਲਾਂ ਹੋਈਆਂ, ਆਖਿਰ ਉਹ ਡਾਂਗਾ ਸੋਟੇ ਲੈ ਕੇ ਆਉਣਾ ਚਾਹੁੰਦੇ ਨੇ, ਉਹ ਇਹੀ ਕਰਨਾ ਚਾਹੁੰਦੇ ਕਿ ਸਾਨੂੰ ਕੁੱਟਣਾ ਚਾਹੁੰਦੇ ਨੇ। ਜੇ ਸਾਨੂੰ ਕੁੱਟਣ ਤੋਂ ਬਾਅਦ ਉਹਨਾਂ ਦੀ ਮਨ ਦੀ ਇੱਛਾ ਪੂਰੀ ਹੁੰਦੀ ਹੈ, ਜੇ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਮਿਲਦੀ ਹੈ ਤਾਂ ਅਸੀਂ ਕੁੱਟ ਖਾਣ ਨੂੰ ਵੀ ਤਿਆਰ ਹਾਂ। ਤੁਸੀਂ ਜਿਹੜੇ ਵੀ ਚੌਂਕ 'ਚ ਕਹੋਗੇ, ਜਿੱਥੇ ਕਹੋਗੇ, ਅਸੀਂ ਖੜ੍ਹੇ ਹੋ ਕੇ ਆ ਜਾਂਗੇ। ਤੁਸੀਂ ਆਪਣੀਆਂ ਡਾਂਗਾਂ ਸੋਟੇ ਕਰਵਾ ਕੇ ਆਪਣੀ ਮਨ ਦੀ ਸ਼ਾਂਤੀ ਕਰੋ, ਪਰ ਨਾਲ ਇਹ ਕਹੋ ਕਿ ਜੇ ਸਾਡੇ ਡਾਂਗਾ ਮਾਰ ਕੇ ਪੰਜਾਬ ਨੂੰ ਅਮਨ ਸ਼ਾਂਤ ਕਰ ਸਕਦੇ ਹੋ ਤਾਂ ਅਸੀਂ ਡਾਂਗਾ ਖਾਣ ਨੂੰ ਵੀ ਤਿਆਰ ਹਾਂ, ਪਰ ਪੰਜਾਬ ਦੇ ਵੀ ਅਮਨ ਸ਼ਾਂਤੀ ਨੂੰ ਖਰਾਬ ਨਾ ਕਰੋ। ਇਹ ਕਹਿਣਾ ਸਰਕਾਰ ਦਾ ਕੰਮ ਹੁੰਦਾ ਹੈ, ਅਸੀਂ ਪੰਜਾਬ 'ਚ ਵਿਪਕਸ਼ 'ਚ ਹਾਂ ਔਰ ਅਸੀਂ ਕਹਿ ਰਹੇ ਹਾਂ ਕਿ ਮਾਹੌਲ ਨਾ ਖਰਾਬ ਕਰੋ। ਇਹ ਉਲਟਾ ਜਿਹੜਾ ਗੰਗਾ ਵਹਿ ਰਹੀ ਹੈ, ਹਮੇਸ਼ਾ ਸਰਕਾਰਾਂ ਲਾਅ ਐਂਡ ਆਰਡਰ ਕਰਦੀਆਂ, ਔਰ ਮੈਂ ਜੇ ਕਹਾਂਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਦੰਗਿਆਂ ਨੂੰ ਕਰਾਉਣ 'ਚ, ਕਿਉਂਕਿ ਪੁਲਿਸ ਦਾ ਤਾਂ ਕੰਮ ਹੀ ਕੁਛ ਹੋਰ ਹੁੰਦਾ, ਪੁਲਿਸ ਦਾ ਕੰਮ ਹੁੰਦਾ ਕਿ ਉਹਨਾਂ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਨਾ, ਔਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਤਾਂ ਦੂਰ, ਉਹ ਖੁਦ ਹੀ ਉਹਨਾਂ ਨੂੰ ਲੈ ਕੇ ਆਉਂਦੀ ਆ। ਔਰ ਸਾਨੂੰ ਇਹ ਪੁੱਛਿਆ ਜਾਂਦਾ ਕਿ ਸਾਨੂੰ ਦੱਸੋ ਕਿ ਤੁਸੀਂ ਕਿੱਥੇ ਜਾਣਾ, ਔਰ ਤੁਹਾਨੂੰ ਮੈਂ ਦੱਸਦਾ ਕਿ ਤੁਸੀਂ ਵੀ ਦੇਖਦੇ ਹੋ ਕਿ ਮੈਂ ਪੂਰਾ ਪੰਜਾਬ ਘੁੰਮਦਾ, ਮੈਂ ਬਿਨਾਂ ਦੱਸੇ ਜਾਵਾਂ, ਕੋਈ ਦੰਗਾ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਪਰ ਜਦੋਂ ਵੀ ਇਹਨਾਂ ਨੂੰ ਦੱਸ ਕੇ ਜਾਈਏ ਤਾਂ ਸਾਡੇ ਘਿਰਾਓ ਵੀ ਹੁੰਦੇ ਆ, ਦੰਗੇ ਵੀ ਹੁੰਦੇ ਆ, ਔਰ ਇਸ ਕਰਕੇ ਉਹ ਕਰਾਉਣ ਵਾਲੇ ਕੌਣ ਹੈ, ਉਹ ਵੀ ਪੰਜਾਬ ਪੁਲਿਸ ਹੈ, ਔਰ ਉਹ ਸ਼ਹਿਰ ਦੇਣ ਵਾਲਾ ਉਹਨਾਂ ਨੂੰ ਕੌਣ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਜਿਹੜੀ ਉਹਨਾਂ ਦੇ MLA ਔਰ ਉਹਨਾਂ ਦੇ ਯੂਥ ਦੇ ਪ੍ਰਧਾਨ ਨੇ ਵੀ ਪੁਸ਼ਟੀ ਕੀਤੀ ਹੈ। ਸੋ ਅਸੀਂ ਜਿਹੜੀ ਪੂਰੀ ਤਰ੍ਹਾਂ ਇਹਨਾਂ ਦੀ ਨਿੰਦਾ ਕਰਦੇ ਹਾਂ ਔਰ ਨਾਲ ਨਾਲ ਇਹ ਸ਼ਰਾਫਤ ਦਾ ਮਤਲਬ ਸਾਡੀ ਕਮਜ਼ੋਰੀ ਨਾਲ ਸਮਝਿਆ ਜਾਵੇ, ਇਹ ਵੀ ਅਸੀਂ ਵਾਰਨ ਕਰਨਾ ਚਾਹੁੰਦੇ ਹਾਂ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।